ਪੰਜਾਬ ਕਾਂਗਰਸ ਦਾ ਵਫਦ ਕੱਲ ਕੇਂਦਰੀ ਚੋਣ ਕਮਿਸ਼ਨ ਨਾਲ ਕਰੇਗਾ ਮੁਲਾਕਾਤ ਸੂਬੇ ਦੇ ਸਿਆਸੀ ਹਾਲਾਤ ਤੋਂ ਕਰਾਉਣਗੇ ਜਾਣੂ ਜਲਦ ਕੋਡ ਆਫ ਕੰਡਕਟ ਲਾਗੂ ਕਰਾਉਣ ਦੀ ਕਰਨਗੇ ਮੰਗ ਐਸ ਵਾਈ ਐਲ ਤੇ ਪੰਜਾਬ ਵਿਧਾਨ ਸਭਾ ਦਾ ਪੰਜਾਬ ਸਰਕਾਰ ਅਤੇ ਅਫਸਰਾਂ ਨੂੰ ਨਿਰਦੇਸ਼ ਐਸ ਵਾਈ ਐਲ ਬਣਾਉਣ ਲਈ ਕਿਸੇ ਨਾਲ ਨਾ ਕੀਤਾ ਜਾਏ ਸਹਿਯੋਗ ਪਾਣੀ ਅਤੇ ਦੂਜੇ ਸੂਬਿਆਂ ਤੋਂ ਵੀ ਮੰਗੀ ਲਈ ਜਾਏਗੀ ਰੋਇਲਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਅਕਾਲੀ ਆਗੂਆਂ ਦੇ ਸੰਕਲਪ ਨੂੰ ਦੱਸਿਆ ਨਿਰਾਧਾਰ ਅਤੇ ਤਰਕਹੀਣ ਐਸ ਵਾਈ ਐਲ ਦੇ ਮੁੱਦੇ 'ਤੇ ਹਰਿਆਣਾ ਬੀਜੇਪੀ ਦੇ ਵਿਧਾਇਕਾਂ ਨੇ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ ਕਿਹਾ ਪੰਜਾਬ ਸਰਕਾਰ ਕਿਸੇ ਵੀ ਗੈਰ ਸੰਵਿਧਾਨਕ ਮਤੇ ਨੂੰ ਮਨਜ਼ੂਰੀ ਨਾ ਦੇਣ ਰਾਜਪਾਲ ਕੱਲ੍ਹ ਹਰਿਆਣਾ ਵਿੱਚ ਆਲ ਪਾਰਟੀ ਮੀਟਿੰਗ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਐਲਾਨ ਅੱਜ ਹੀ ਜਾਰੀ ਹੋਏਗੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਅੱਜ ਤੋਂ ਬੈਂਕ ਵਿੱਚ ਪੈਸੇ ਐਕਸਚੇਂਜ ਕਰਨ ਵਾਲਿਆਂ ਦੇ ਹੱਥ ਵਿੱਚ ਲੱਗ ਰਹੀ ਹੈ ਇੰਕ ਵਾਰ ਵਾਰ ਕੈਸ਼ ਕਢਾਉਣ ਵਾਲਿਆਂ 'ਤੇ ਲੱਗੇਗੀ ਰੋਕ